ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ। ਮੈਂ ਤੁਹਾਡਾ ਆਪਣਾ ਨਮਨ ਮਲੀ। ਤੇ ਦੋਸਤੋ, ਪਿੱਛੇ ਨਾ ਬਲਦ ਆ ਰਿਹਾ ਬਿਨਾ ਬੰਦੇ ਤੋਂ, ਕੋਈ ਬੰਦਾ ਨਹੀਂ ਬੈਠਾ। ਤੇ ਉਹਨੇ ਵੇਖ ਲਓ ਵੀ ਮੈਂ ਪਾਣੀ ਲੈਣ ਗਿਆ ਸੀ ਨਲਕੇ ਤੇ, ਜਦੋਂ ਮੈਂ ਪਿੱਛੇ ਹਾਰਨ ਮਾਰਿਆ ਤੇ ਉਹਨੇ ਆਪਣੇ ਆਪ ਸਾਈਡ ਦੇਤੀ, ਮੈਨੂੰ ਪਾਸੇ ਹੋ ਗਿਆ। ਜਦੋਂ ਮੈਂ ਟੱਪ ਗਿਆ ਉਸ ਤੋਂ ਬਾਅਦ ਫਿਰ ਵਿਚਾਲੇ ਤੁਰਨ ਲੱਗ ਗਿਆ। ਉਹ ਵੇਖੋ ਜੀ ਪਿੱਛੇ ਆਉਂਦਾ ਪਿਆ ਤੇ ਮੈਂ ਆਖਾਂ ਵੀ ਇਹਦਾ ਸਰਦਾਰ ਕਿੱਥੇ, ਤੇ ਸਰਦਾਰ ਇਹਦਾ ਰਿਹਾ ਜੀ ਆ, ਇਹ ਅੱਗੇ ਨੱਚਦਾ ਟੱਪਦਾ ਫਿਰਦਾ। ਮੈਂ ਕਿਹਾ ਵੀ ਤੂੰ ਬਲਦ ਦੇ ਨਾਲ ਕਿਉਂ ਨਹੀਂ ਆਇਆ? ਕਹਿੰਦਾ ਯਾਰ ਉਹ ਸਾਡਾ ਬਲਦ ਸਿਆਣਾ। ਉਹ ਕਹਿੰਦਾ ਮੇਰੇ ਨਾਲੋਂ ਵੀ ਸਿਆਣਾ। ਕਹਿੰਦਾ ਇਹ ਕਹਿੰਦਾ ਆਪੇ ਘਰੇ ਜਾ ਵੜੂਗਾ, ਇਹਨੂੰ ਪਤਾ ਵੀ ਕਿਵੇਂ ਜਾਣਾ ਕਿੱਦਾਂ ਜਾਣਾ। ਤੇ ਕਰਦੇ ਹਾਂ ਗੱਲਬਾਤ ਤੇ ਦਿਖਾਉਂਦੇ ਹਾਂ ਤੁਹਾਨੂੰ। ਸ਼ਾਇਦ ਤੁਹਾਡੇ ਪਿੰਡ 'ਚ ਵੀ ਕੋਈ ਇੱਦਾਂ ਦਾ ਬਲਦ ਹੋਵੇ, ਹੈ ਨਾ, ਜਿਹੜਾ ਆਪਣੇ ਆਪ ਗੱਡੀ ਜੋੜ ਲੈਂਦਾ ਅਤੇ ਸ਼ਾਇਦ ਘਰੇ ਲੈ ਜੇ। ਹੁਣ ਤਾਂ ਜ਼ਿਆਦਾਤਰ ਲੋਕਾਂ ਨੇ ਕੀ ਕੀਤਾ ਵੀ ਰੇਹੜੀਆਂ ਬਣਾ ਲਈਆਂ ਨੇ, ਮੋਟਰਸਾਈਕਲ ਬਣਾ ਲਏ ਨੇ, ਬਲਦਾਂ ਵਾਲਾ ਟਾਈਮ ਜਾਂਦਾ ਪਿਆ। ਪਰ ਇਹ ਮੈਂ ਕਈ ਵਾਰਾਂ ਦੇਖਿਆ, ਮੈਂ ਕਿਹਾ ਯਾਰ ਇਹਦੀ ਵੀਡੀਓ ਬਣਾ ਕੇ ਸ਼ੇਅਰ ਜ਼ਰੂਰ ਕਰਨੀ ਚਾਹੀਦੀ, ਕਿਉਂਕਿ ਇੱਕ ਤਾਂ ਕਹਿੰਦੇ ਨਾ ਕੁੱਤਾ ਵਫਾਦਾਰ ਹੁੰਦਾ ਬੰਦੇ ਦਾ, ਪਰ ਅੱਜ ਬਲਦ ਵੀ ਵੇਖ ਲਿਆ ਜੀ, ਇਹ ਵੀ ਪੂਰਾ ਵਫਾਦਾਰੀ ਨਿਭਾਉਂਦਾ ਆ। ਤੁਹਾਨੂੰ ਵਿਖਾਉਣੇ ਅੱਜ ਤੇ ਕਰਦੇ ਹਾਂ ਸਟਾਰਟ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜੀ ਅਤੇ ਲਾਈਕ ਵੀ ਕਰਿਆ ਜੀ। ਕਿਹਦਾ ਬਲਦ, ਕਿਹਦਾ ਇਹ? ਗੋਪੀ ਵੀਰ ਦਾ। ਇਹ ਆਪਣੇ ਆਪ ਹੀ ਡੇਲੀ ਐਂ ਜਾਂਦਾ? ਆਪੇ ਡੇਲੀ ਆਪ ਹੀ ਜਾਂਦਾ, ਉਹ ਮੋਟਰਸਾਈਕਲ ਤੁਰੇ ਜਾਂਦੇ ਆਪੇ ਸਾਈਡ ਦੇ ਉੱਤੇ। ਆਪੇ ਸਾਈਡ ਦੇ ਦਿੰਦੀ? ਮਾਰਦਾ ਮੁਰਦਾ ਤਾਂ ਨਹੀਂ? ਕੁਝ ਨਹੀਂ ਕਰਦਾ। ਨਹੀਂ ਤਾਂ ਤੂੰ ਇਹਦੇ ਨਾਲ ਕਾ ਤੂੰ ਨਹੀਂ ਆਉਂਦਾ? ਮੈਂ ਕਿਹਾ ਪਾਣੀ ਪੀ ਲਏ ਪਹਿਲਾਂ ਜਾ ਕੇ। ਅੱਛਾ, ਇਹ ਆਪੇ ਸਾਈਡ ਦੇ ਦੂੰਗਾ। ਮੈਂ ਚਲੋ ਟੱਪ ਜਾਂਦੇ। ਆਹ ਦੇਖ ਲਓ ਦੋਸਤੋ, ਸਾਈਡ ਆਪਣੇ ਆਪ ਦੇ ਦਿੰਦਾ ਜੀ। ਆਹ ਦੇਖੋ, ਇਹਨੇ ਮੇਰੇ ਪਿੱਛੇ ਆਣ ਕੇ ਖੜ ਜਾਣਾ, ਇਹਨੇ ਮੈਨੂੰ ਕ੍ਰੋਸ ਬਿਲਕੁਲ ਨਹੀਂ ਕਰਨਾ ਗਾ, ਇੱਥੇ ਆਣ ਕੇ ਖੜ ਜਾਣਾ। ਇਹਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਜਾਣਾ ਇੱਥੇ ਖੜ ਜਾਣਾ ਇਹਨੇ। ਜਦੋਂ ਮੈਂ ਤੁਰੂੰਗਾ ਉਸ ਤੋਂ ਬਾਅਦ ਇਹਨੇ ਤੁਰਨਾ। ਮੈਂ ਵੀਡੀਓ ਬਣਾਉਂਦਾ ਸੀ, ਮੈਨੂੰ ਵਧੀਆ ਲੱਗੀ। ਮੈਂ ਯਾਰ ਬਲਦ ਆਪਣੇ ਆਪ ਹੀ ਤੁਰਿਆ ਜਾਂਦਾ ਹੈ। ਲਓ ਵੀ ਆ ਜਾਂਦਾ ਜੀ, ਇਹਨੇ ਆਪਣੇ ਆਪ ਘਰੇ ਆਪਦੀ ਮੰਜ਼ਿਲ ਤੱਕ ਪਹੁੰਚ ਜਾਣਾ ਅਤੇ ਆਪਣੇ ਆਪ ਇਹਨੇ ਗੱਡੀ ਘਰੇ ਸਿੱਟ ਦੇਣੀ। ਟੱਪ 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 ਆਊਗੀ ਫੋਟੋ। ਲਓ ਜੀ, ਇਹਨੇ ਆਪਣੇ ਆਪ ਸਾਈਡ ਦੇ ਦੇਣੀ। ਆਹ ਦੇਖ ਲਓ ਤੁਸੀਂ, ਬਹੁਤ ਸਿਆਣੇ ਬਲਦ ਹੈ ਜੀ, ਬਹੁਤ ਸਿਆਣਾ ਬਲਦ। ਮੈਂ ਕਈ ਵਾਰ ਦੇਖਿਆ, ਘੱਟੋ ਘੱਟ ਮੈਂ 2 ਸਾਲ ਤੋਂ ਦੇਖ ਰਿਹਾ ਸਾਡੇ ਪਿੰਡ, ਅਤੇ ਮੈਂ ਖੈਰ ਇਹਦੀ ਵੀਡੀਓ ਜ਼ਰੂਰ ਸ਼ੇਅਰ ਕਰਨੀ ਚਾਹੀਦੀ। ਐਡਾ ਸਿਆਣਾ ਜਾਨਵਰ ਮੈਨੂੰ ਲੱਗਦਾ ਵੀ ਕਿਸੇ ਕਿਸੇ ਘਰ ਹੀ ਹੁੰਦਾ, ਹਰ ਇੱਕ ਘਰ ਨਹੀਂ ਹੁੰਦਾ। ਤਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰਿਆ ਜੀ। ਉਹ ਵੇਖੋ ਮੁੰਡਾ ਆਰਾਮ ਨਾਲ ਤੁਰਿਆ ਜਾਂਦਾ ਅਤੇ ਟੌਰ ਨਾਲ ਪਿੱਛੇ ਬਲਦ ਹੌਲੀ ਹੌਲੀ ਰਮ ਤਰਮ 'ਤੇ ਤੁਰਿਆ ਜਾ ਰਿਹਾ। ਤਾਂ ਦੋਸਤੋ, ਦੱਸੋ ਵੀ ਤੁਹਾਡੇ ਪਿੰਡ 'ਚ ਵੀ ਕੋਈ ਇੱਦਾਂ ਦਾ ਬਲਦ ਹੈਗਾ, ਜਾਂ ਕਿਸੇ ਕੋਲ ਹੋਵੇ ਜਿਹੜਾ ਆਪਣੇ ਆਪ ਗੱਡੀ ਜੋੜਦਾ ਹੋਵੇ, ਆਪਣੇ ਆਪ ਘਰੇ ਲੈ ਜਾਂਦਾ, ਆਪਣੇ ਆਪ ਲਾ ਦਿੰਦਾ, ਹੈ ਨਾ, ਇਹਨੇ ਉੱਥੇ ਸਪੋਟ 'ਤੇ ਜਾ ਕੇ ਉੱਥੇ ਹੀ ਠੜ ਦੇਣੀ ਗੱਡੀ, ਲੈ ਵੀ ਸੱਜਣਾ ਹੁਣ ਤੋਂ ਆਪਦੇ ਪੱਠੇ ਸੰਭਾਲ ਲਾ। ਹੁਣ ਆਪਾਂ ਟੱਪਾਂਗੇ, ਦੇਖਦੇ ਹਾਂ ਵੀ ਆਪਾਂ ਨੂੰ ਸਾਈਡ ਦਿੰਦਾ ਕਿ ਨਹੀਂ। ਭਾਜਾ ਘਰੇ, ਤੂੰ ਘਰੇ ਵੀ ਜਾ ਵੜਦਾ, ਆਪੇ ਆਜੂਗਾ, ਕੋਈ ਚੱਕਰ ਨਹੀਂ। ਚਲੋ ਦੋਸਤੋ, ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਜੀ। ਓਕੇ ਬਾਏ, ਲਾਈਕ।